ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਭਰ ਦੇ ਵਿੱਚ ਲੋਕਡਾਊਨ ਹੈ, ਪਰ ਇਸ ਦਾ ਅਸਰ ਗਰੀਬ ਪਰਿਵਾਰਾਂ ਦੇ ਉੱਤੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਅਜਨਾਲਾ ਦੇ ਪਿੰਡ ਰਾਣੇਵਾਲੀ ਦੇ ਵਿੱਚ 3 ਗਰੀਬ ਪਰਿਵਾਰ ਭੁੱਖੇ ਢਿੱਡ ਦੇ ਨਾਲ ਤੜਪ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਰਾਣੇਵਾਲੀ ਦੇ 3 ਪਰਿਵਾਰ, ਜਿਨ੍ਹਾਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਹੈ ਅਤੇ 2 ਬੱਚੇ ਹਨ, ਪਰ ਉਹ 2 ਬੱਚੇ ਅੰਨੇ ਹਨ। ਅਜਿਹਾ ਇੱਕ ਹੋਰ ਪਰਿਵਾਰ ਹੈ ਜਿਸ ਦੇ ਵਿੱਚ ਇੱਕ ਮੈਂਬਰ ਹੈਂਡੀਕੈਪ ਹੈ ਅਤੇ ਉਹ ਮੋਚੀ ਦਾ ਕੰਮ ਕਰਦਾ ਹੈ। ਮੋਚੀ ਦੇ ਕੰਮ ਦੇ ਨਾਲ ਉਹ 100 ਰੁਪਇਆ ਹਰ ਰੋਜ਼ ਕਮਾਉਂਦਾ ਹੈ, ਪਰ ਪਰਿਵਾਰ ਦੇ ਵਿੱਚ 6 ਮੈਂਬਰ ਹੋਣ ਕਰਕੇ ਗੁਜ਼ਾਰਾ ਬੜਾ ਔਖਾ ਚੱਲਦਾ ਹੈ। ਸਰਕਾਰਾਂ ਅਤੇ ਸਮਾਜ ਸੇਵੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ। ਹਾਂਜੀ, ਪਿੰਡ ਮੇਰਾ ਰਾਣੇਵਾਲੀ, ਮੋਚੀ ਗੰਢੇ ਦਾ ਮੈਂ ਕੰਮ ਕਰਦਾ ਹਾਂ। 3-4 ਦਿਨ ਤੋਂ ਮੈਂ ਫੇਰਾ ਮੇਰਾ ਲੱਗ ਨਹੀਂ ਰਿਹਾ। 100-200 ਰੁਪਈਆ ਮੈਂ ਬਾਹਰੋਂ ਲਿਆਉਣਾ, ਉਹਦੇ ਨਾਲ ਮੇਰਾ ਟਾਈਮ ਪਾਸ ਹੁੰਦਾ ਸੀ। ਅੱਜ ਤੋਂ 4-5 ਦਿਨ ਹੋ ਗਏ ਮੈਂ ਬਾਹਰ ਅੰਦਰ ਨਹੀਂ ਆ ਰਿਹਾ। ਮੇਰੇ 4-5 ਦਿਨ ਹੋ ਗਏ ਆ। ਮੇਰੇ ਬੱਚੇ ਵੀ, ਜਿਹੜੇ ਪਰਿਵਾਰ ਵੀ ਰੋਟੀ ਤੋਂ ਬਿਨਾਂ ਬੈਠੇ ਆ। ਅਤੇ ਸਰਕਾਰ ਦੇ ਗਾੜੀ ਮੇਰੀ ਇਹ ਖੁਆਇਸ਼ ਆ ਵੀ ਸਾਨੂੰ ਜੋ ਵੀ ਮੰਗ ਦਿੱਤੀ ਜਾਵੇ। ਹਾਂਜੀ ਹਾਂਜੀ, ਮੇਰਾ ਇਹ ਭਰਾ ਆ, ਇਹਦਾ ਨਾਂ ਸੁਖਦੇਵ ਸਿੰਘ ਆ। ਇਹ ਮੋਚੀ ਗਾੜੇ ਦਾ ਕੰਮ ਕਰਦਾ ਹੈ। ਅਸੀਂ ਪਿੰਡ ਰਾਣੇਵਾਲੀ ਦੇ ਰਹਿਣ ਵਾਲੇ ਹਾਂ। ਇਹੀ ਕੰਮ ਕਾਜ ਕਰਕੇ ਆਉਂਦਾ ਮੋਚੀ ਗਾੜੇ ਦਾ, ਅਤੇ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਵਾ। ਅਸੀਂ 3-4 ਪਰਿਵਾਰ ਦੇ ਜੀ ਹਾਂ ਆਪਣੇ ਘਰ ਦੇ ਵਿੱਚ, ਅਤੇ ਜਿਹੜੇ 3-4 ਦਿਨ ਤੋਂ ਹੋ ਗਏ ਅਸੀਂ ਭੁੱਖੇ ਹਾਂ। ਕੋਈ ਰੋਟੀ ਪਾਣੀ ਨਹੀਂ ਹੈਗਾ ਸਾਡੇ ਕੋਲ। ਇਹੀ 100-200 ਕਮਾ ਕੇ ਲਿਆਉਂਦਾ। ਇੱਕ ਹੈਂਡੀਕੈਪ ਹੈ, ਇਹ ਹੈਂਡੀਕੈਪ ਹੈ, ਮੋਚੀ ਗਾਂਢੇ ਦਾ ਕੰਮ ਕਰਦਾ, ਬਸ ਮੋਚੀ ਗਾਂਢੇ ਦਾ ਕਰਕੇ ਅਤੇ ਲਿਆਉਂਦਾ, ਅਤੇ ਅਸੀਂ ਰੋਟੀ ਚੱਲਦੀ, ਸਾਡੇ ਘਰ ਦਾ ਗੁਜ਼ਾਰਾ ਚੱਲਦਾ। ਹੁਣ ਤੱਕ ਤੁਹਾਨੂੰ ਕਿਸੇ ਸਰਕਾਰ ਵੱਲੋਂ ਜਾਂ ਸੰਸਥਾ ਵੱਲੋਂ ਕੋਈ ਅਨਾਜ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਪਹੁੰਚੀ ਹੈ ਜੀ? ਨਹੀਂ ਜੀ, ਨਾ ਸਾਨੂੰ ਅੱਜ ਤੱਕ ਦਵਾਈ ਦਾਰੂ, ਨਾ ਸਾਨੂੰ ਕੋਈ ਰਾਸ਼ਨ ਪਾਣੀ, ਨਾ ਸਾਨੂੰ ਕੋਈ ਯਾਨੀ ਕੋਈ ਸਹੂਲਤ ਨਹੀਂ ਮਿਲੀ ਸਰਕਾਰ ਵੱਲੋਂ। ਅਸੀਂ ਬਿਲਕੁਲ ਸਾਨੂੰ ਕਿਸੇ ਵੀ ਚੀਜ਼ ਦੀ ਨਹੀਂ ਕੋਈ ਸਹੂਲਤ ਮਿਲੀ ਹਨ। ਹਾਂਜੀ ਭਾਜੀ, ਹਾਂ ਸਾਡੀ ਦੇ ਕਿਸੇ ਸਰਦਾਰ ਜੀ ਬਾਹਰ ਨਹੀਂ ਪੁੱਛੀ, ਕਹਿੰਦੇ ਭੱਠੇ ਦਾ ਕੰਮ ਕਰਦੇ ਆ, ਬੱਚੇ ਵੀ ਗਰੀਬ ਵਿਚਾਰੇ ਇੰਨੇ ਆ, ਕੋਈ ਰਾਸ਼ਨ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ। ਤੁਹਾਨੂੰ ਕਿ ਸਰਕਾਰ ਨੇ ਜਾਂ ਕਿਤੇ ਕੋਈ ਮਦਦ ਨਹੀਂ ਕੀਤੀ ਕੋਈ ਰਾਸ਼ਨ ਪਾਣੀ ਦੀ? ਨਾ ਜੀ। ਹਾਂਜੀ, ਮੇਰਾ ਨਾਂ ਰਾਣੀ ਆ, ਰਾਣੇਵਾਲੀ ਤੋਂ ਬੋਲਦੀ ਹਾਂ, ਅਤੇ ਮੈਂ ਅੰਗਹੀਣ ਆ ਅਤੇ ਵਿਧਵਾ ਵਾਂ, ਅਤੇ ਮੈਂ ਕੰਮ ਭੱਠੇ 'ਤੇ ਕਰਦੀ ਸਾਂ ਕਿਸੇ ਦੇ ਨਾਲ, ਅਤੇ ਹੁਣ ਭੱਠਾ ਬੰਦ ਹੋ ਗਿਆ ਅਤੇ ਮੈਂ ਭੁੱਖੀ ਪਾਣੀ ਬੈਠੀ ਆ, ਮੇਰੇ ਬੱਚੇ ਭੁੱਖੇ ਬੈਠੇ ਆ, ਕੋਈ ਰਾਸ਼ਨ ਨਹੀਂ ਦਿੰਦਾ, ਅਤੇ ਸਾਨੂੰ ਰਾਸ਼ਨ ਦਿਓ, ਅਸੀਂ ਖਾਣ ਵਾਲੇ ਬਣੀਏ। ਬਿਊਰੋ ਰਿਪੋਰਟ, ਪੰਜਾਬ ਟੂਡੇ।